ਜੀ ਫਿਰ ਆਪਣੀ ਸ਼ਾਪ ਜਿਹੜੀ ਓਪਨ ਕਰਨੇ ਆ ਕਿ ਪਾਪੜ ਵਗੈਰਾ ਜਿਹੜੇ ਨਾ ਮੈਂ ਜਾਣ ਨਿਕਲਣੇ ਸ਼ੁਰੂ ਕਰਤੇ ਨੇਗੇ ਦੋ ਦੋ ਹੀ ਲੈ ਲੈਣੇ ਇਸ ਤਰ੍ਹਾਂ ਦੇ ਤਰ ਤੂੰ ਠੀਕ ਹੋ ਗਏ ਹੋਏ ਨੇਗੇ ਕੱਲ ਸਾਰੇ ਮੁਰਝਾ ਜੇ ਗਏ ਸੀਗੇ ਹੁਣ ਠੀਕ ਖੜੇ ਨੇ ਕਿਉਂਕਿ ਰਾਤ ਨੂੰ ਤੇ ਸਾਹਮਣੇ ਫਸਲਾਂ ਦੇਖੋ ਰਾਤ ਨੂੰ ਜੀ ਸ਼ਬਨਮ ਪਈ ਹੈਗੀ ਹੁਣ ਬਾਫ ਬਣ ਕੇ ਨਾ ਹਵਾ ਜਿਹੜਾ ਸਮਾਨ ਲਿਖਿੰਦਾ ਜਾ ਰਿਹਾ ਭਾਈ ਔਰ ਜੇ ਇਹਨਾਂ ਪੈਕ ਕਰਦੇ ਜਾ ਰਹੇ ਨਾਲੋ ਨਾਲ ਜੇ ਡੱਬਿਆਂ ਬਣਦੇ ਜਾ ਬਾਕੀ ਜਿਵੇਂ ਹੀ ਇਸ ਜਗ੍ਹਾ ਸਮਾਨ ਰੱਖਿਆ ਇਹਨਾਂ ਅੱਗੇ ਨਜ਼ਰ ਆਇਆ ਬੱਚਿਆਂ ਨੂੰ ਇਹਨੂੰ ਯੂਟਿਊਬ ਕੱਟ ਲਿਆਏਗਾ ਆਸਾਨੀ ਨਾਲ ਸਾਰੀਆਂ ਚੀਜ਼ਾਂ ਜਿਹੜੇ ਤੁਹਾਨੂੰ ਦਿਖਾ ਸਕਦੇ ਮੈਂ ਕਹਿ ਰਹੀ ਨੇ ਪਹਿਲੇ ਜੇ ਪਾਪੜ ਵਗੈਰਾ ਨੇ ਨਾ ਇੱਥੇ ਟੰਗ ਲਈਏ ਕਿਉਂਕਿ ਬੱਚਿਆਂ ਸਕੂਲ ਦਾ ਸ਼ਲਾਮੀ ਜਾਣ ਜੇ ਝਾੜੂ ਮਾਰ ਕੇ ਨਾ ਸਾਰੀ ਜੀ ਜਗ੍ਹਾ ਸਾਫ਼ ਸਫਾਈ ਕਰ ਰਹੀਆਂ ਨੇ ਗੀਆਂ ਅਤੇ ਦੁਕਾਕੀ ਅੰਦਰ ਜਿਹੜੀ ਨਾ ਦੇਖੋ ਮਾਸ਼ਾ ਅੱਲਾਹ ਥੱਲੇ ਸਾਰੀਆਂ ਚੀਜ਼ਾਂ ਜਿਹੜੀ ਨਾ ਪੂਰੀਆਂ ਕਰਕੇ ਰੱਖੀਆਂ ਨੇ ਗੀਆਂ ਬਾਕੀ ਬਿਸਮਿਲ੍ਲਾਹਿ ਰਹਿਮਾਨਿ ਰਹੀਮ ਅਸਲਾਮੁ ਅਲੈਕੁਮ ਜੀ ਕੀ ਹਾਲ ਚਾਲ ਨੇ ਸਾਡੇ ਦੇਖਣ ਵਾਲੇ ਤਮਾਮ ਭੈਣ ਭਾਈਆਂ ਦੇ ਅਸੀਂ ਉਮੀਦ ਕਰਨਾ ਕਿ ਸਾਡੇ ਦੇਖਣ ਵਾਲੇ ਤਮਾਮ ਭੈਣ ਭਾਈ ਬਿਲਕੁਲ ਠੀਕ ਠਾਕ ਹੋਣਗੇ ਅਤੇ ਅਲਹਮਦੁਲਿਲਾ ਜੀ ਅਸੀਂ ਬਿਲਕੁਲ ਠੀਕ ਠਾਕ ਆਵਾਂਗੇ ਅਤੇ ਬਾਕੀ ਪਹਿਲਾਂ ਵਾਲੇ ਵਿਲਾਗ ਵਿੱਚ ਮੈਂ ਜਲਦੀ ਜਲਦੀ ਸ਼ੇਅਰ ਨਹੀਂ ਕਰ ਪਾਇਆ ਸੋ ਗਿਆ ਕਿ ਮਾਸ਼ਾ ਅੱਲਾਹ ਇੱਕ ਹੋਰ ਖੁਸ਼ ਖਬਰੀ ਜਿਸ ਵਜ੍ਹਾ ਤੋਂ ਅੱਜ ਮੈਂ ਬਹੁਤ ਜ਼ਿਆਦਾ ਖੁਸ਼ ਆ ਗਿਆ ਕਿ ਅੱਜ ਮਾਸ਼ਾ ਅੱਲਾਹ ਜੀ ਅਸੀਂ ਲਵਣ ਜਾ ਰਹੇ ਹਾਂ ਕਿ ਆਪਣੀ ਕਰਿਆਨੇ ਦੁਕਾਨ ਦਾ ਨਾ ਸਮਾਨ ਅਤੇ ਸਮਾਨ ਤਕਰੀਬਨ 15,000 ਰੁਪਏ ਦਾ ਲੈਣਾ ਹੈ ਲਿਆ ਕੇ ਤੁਹਾਨੂੰ ਇਨਸ਼ਾ ਅੱਲਾਹ ਦਿਖਾਉਂਦੇ ਹਾਂ ਚੱਲਣੇ ਹਾਂ ਨਾਲ ਖਰੀਦ ਲੈ ਆਉਂਦੇ ਹਾਂ ਇਸ ਵਾਰੀ ਅੱਬੂ ਜਾਨ ਦੀ ਦੁਕਾਨ ਦਾ ਨਹੀਂ ਸਮਾਨ ਪਾਉਣ ਲੱਗੇ ਅਸੀਂ ਆਪਣੀ ਦੁਕਾਨ ਦਾ ਸਮਾਨ ਪਾ ਕੇ ਵੇਖ ਸੁਬਾਹ ਸੁਬਾਹ ਅਸੀਂ ਬਹੁਤ ਜ਼ਿਆਦਾ ਮਿਹਨਤ ਕੀਤੀ ਮੇਰਾ ਤਾਂ ਦਿਲ ਹੀ ਨਹੀਂ ਕਰ ਰਿਹਾ ਵਿਲਾਗ ਬਣਾਉਣ ਨੂੰ ਬੜੀ ਮੁਸ਼ਕਿਲ ਨਾਲ ਮੈਂ ਤਰਕੜਾ ਹੋਇਆ ਥੋੜਾ ਜਿਹਾ ਚਾਹੇ ਵਗੈਰਾ ਪੀਤੀ ਹੈਗੀ ਰੋਟੀ ਰੂਟੀ ਰਾਜ ਕੇ ਖਾਧੀ ਭੁੱਖੀ ਅੱਬੂ ਜਾਨ ਬਹੁਤ ਜ਼ਿਆਦਾ ਲੱਗੀ ਅੱਗੇ ਮੈਂ 3 ਰੋਟੀਆਂ ਕਦੀ ਨਹੀਂ ਖਾਈਆਂ ਸੀ ਅੱਜ ਖਾਈਆਂ ਨੇ ਅਸਲ ਤੇ ਜਿਹਨਾਂ ਨਹੀਂ ਪਤਾ ਹੈਗਾ ਉਹਨਾਂ ਨੂੰ ਦੱਸ ਦੇਵਾਂ ਕਿ ਆਇਆ ਸੀਗੇ ਸ਼ਹਿਰ ਜਿੱਥੇ ਅੱਬੂ ਜਾਨ ਦੀ ਪਹਿਲੇ ਦੁਕਾਨ ਸੀਗੀ ਸਬਜ਼ੀ ਵਾਲੀ ਉੱਥੇ ਸਾਹਮਣੇ ਹੀ ਇੱਕ ਹੈਗਾ ਬਾਗ ਅੱਬੂ ਜਾਨ ਦਾ ਦੋਸਤ ਹੈਗਾ ਅਤੇ ਉੱਥੋਂ ਨਾ ਅਸੀਂ ਪੱਟ ਕੇ ਲੈ ਆਵਾਂਗੇ ਕੁਛ ਫਲਾਂ ਵਾਲੇ ਪੌਦੇ ਬਾਹਰ ਚੱਲ ਕੇ ਤੁਹਾਨੂੰ ਦਿਖਾਉਣਾ ਹੈਗਾ ਬੱਚੇ ਜਿਹੜੇ ਨਾ ਬਾਹਰ ਹੀ ਖੇਡ ਰਹੇ ਨੇ ਗੇ ਜੀ ਮੋਨਸਟਰ ਪੌਦਾ ਜਿਹੜਾ ਅਸੀਂ ਲੈ ਆਵਾਂਗੇ ਇਹਨੂੰ ਦਰਖਤ ਹੀ ਕਹਿਣਾ ਬਣਦਾ ਹੈਗਾ ਇਹ ਜੀ ਅਨਾਰਾਂ ਦਾ ਦਰਖਤ ਹੈਗਾ ਮਾਸ਼ਾ ਅੱਲਾਹ ਦੇਖੋ ਕਿੰਨਾ ਵੱਡਾ ਅੱਬੂ ਜਾਨ ਦੋਸਤ ਦਾ ਉੱਥੇ ਹੈਗਾ ਬਾਗ ਅਤੇ ਬਾਗ ਪਹਿਲੇ ਹੀ ਸੀਗਾ ਹੁਣ ਤਾਂ ਉਹਨਾਂ ਨੇ ਖਤਮ ਕਰ ਤੋ ਹੋਇਆ ਹੈਗਾ ਆਹਿਸਤਾ ਸਾਰੇ ਜਿਹੜੇ ਉਹਦੇ ਜੋ ਪੱਟੀ ਜਾ ਰਹੇ ਨੇ ਚੀਜ਼ਾਂ ਦੋਸਤਾਂ ਨੂੰ ਦੇ ਦਿੰਦੇ ਹੁੰਦੇ ਨੇ ਜੋ ਉਂਝ ਜੋ ਸਮਾਂ ਇੱਕ ਵਾਰੀ ਪੱਟ ਕੇ ਸਿੱਟਣ ਲੱਗੇ ਸੀ ਅੱਬੂ ਜਾਨ ਨੇ ਮਸ਼ਵਰਾ ਦਿੱਤਾ ਆ ਗਿਆ ਕਿ ਬਾਈ ਤੂੰ ਇਸ ਤਰ੍ਹਾਂ ਨਾ ਦੋਸਤਾਂ ਵਗੈਰਾ ਜ਼ਰੂਰਤ ਹੋਵੇ ਤਾਂ ਉਹਨੂੰ ਦੇ ਦਿੱਤੇ ਕਰੀ ਇਹ ਉਹਨਾਂ ਨੂੰ ਸ਼ੌਕ ਹੀ ਬਹੁਤ ਜ਼ਿਆਦਾ ਵੈਸੇ ਹੁਣ ਆਹ ਆਪਣੇ ਘਰ ਵਾਸਤੇ ਲੈ ਕੇ ਆਏ ਸੀ ਤਾਂ ਉਹਨਾਂ ਨੇ ਅੱਬੂ ਜਾਨ ਨੂੰ ਗਿਫਟ ਕਰਤੇ ਇੱਕ ਇਹ ਵਾਲਾ ਅਤੇ ਇੱਕ ਉਹ ਜਿਹਾ ਅਨਾਰ ਇਹ ਵੀ ਅਨਾਰ ਨੇਗੇ ਅਤੇ ਇਹ ਵੱਡਾ ਜਿਹੜਾ ਨਾ ਇਹ ਵੱਡਾ ਇੱਕ ਅਨਾਰ ਹੈਗਾ ਅਤੇ ਮਾਸ਼ਾਅੱਲਾ ਬਹੁਤ ਪਿਆਰਾ ਲੱਗੇਗਾ ਇੱਥੇ ਅੱਗੇ ਅਤੇ ਇਹ ਜਿਹੜਾ ਖੜਾ ਜੀ ਮਿੱਠਿਆਂ ਦਾ ਇਹ ਜਿਹੜਾ ਬੂਟਾ ਹੈਗਾ ਇਹਦੇ 'ਤੇ ਵੀ ਕਹਿ ਰਹੇ ਸੀ ਪਿਛਲੇ ਸਾਲ ਤਾਂ ਲੱਗੇ ਸੀ 8-9 ਮਿੱਠੇ ਜਿਹੜੇ ਘਰ 'ਚ ਅਸੀਂ ਖਾਏ ਸੀ ਇਸ ਵਾਰੀ ਦੇਖਣਾ ਉਹ ਕਿੰਨੇ ਲੱਗਦੇ ਨੇ ਜ਼ਿਆਦਾ ਹੀ ਲੱਗਣੇ ਨੇਗੇ ਪਹਿਲਾਂ ਨਾਲ ਜ਼ਿਆਦਾ ਮਿਕਦਾਰ 'ਚ ਇਸ ਵਾਰੀ ਇਹਦੇ 'ਤੇ ਮਿੱਠੇ ਲੱਗਣਗੇ ਬਾਕੀ ਜੇ ਘਰ ਦੀ ਲੋਕੇਸ਼ਨ ਹੈ ਨਾ ਇਹਦੀ ਵਜ੍ਹਾ ਤੋਂ ਮਾਸ਼ਾਅੱਲਾ ਬਹੁਤ ਜ਼ਿਆਦਾ ਪਿਆਰੀ ਬਣ ਗਈ ਆ ਚੈੱਕ ਕਰੋ ਜੀ ਕਿੰਨਾ ਪਿਆਰਾ ਘਰ ਲੱਗ ਰਿਹਾ ਅੱਗੇ ਜਗ੍ਹਾ ਖਾਲੀ ਖਾਲੀ ਸੀ ਨਾ ਹੁਣ ਸਾਰੇ ਪੌਦੇ ਵਗੈਰਾ ਲੱਗ ਗਏ ਬਹੁਤ ਪਿਆਰੀ ਜਗ੍ਹਾ ਲੱਗ ਰਹੀ ਹੈ ਬਾਕੀ ਠੀਕ ਹੈ ਇੱਥੇ ਗੱਲਾਂ ਬਾਤਾਂ ਨਾਲ ਲੱਗਾ ਰਹਾਂ ਕਿਉਂਕਿ ਟਾਈਮ ਥੋੜ੍ਹਾ ਹੈਗਾ ਜਾ ਕੇ ਸਾਰੀ ਜਿਹੜੀ ਚੀਜ਼ਾਂ ਨੇ ਨਾ ਲੈਣੀ ਪਹਿਲਾਂ ਤਾਂ ਬੱਚਿਆਂ ਦੇ ਜਿਹੜਾ ਨਾ ਖਾਣ ਪੀਣ ਦੀ ਚੀਜ਼ਾਂ ਨੇਗੀਆਂ ਜਿਵੇਂ ਪਾਪੜ ਮੱਛੀ ਟਾਫੀ ਹੋ ਗਈ ਉਹ ਲੈਣੀਆਂ ਨੇਗੀਆਂ ਅੰਮੀ ਜਾਨ ਕਰਿਆਨੇ ਦਾ ਸਮਾਨ ਬਾਅਦ 'ਚ ਲਿਆਵਾਂਗੇ ਇਨਸ਼ਾਅੱਲਾ ਹਾਂ ਕਰਿਆਨੇ ਦਾ ਸਮਾਨ ਇੱਕ ਵਾਰੀ ਅਹਿਮੀਅਤ ਨਾ ਦੇਈਏ ਕਿਉਂਕਿ ਸ਼ੁਰੂ ਜਦੋਂ ਅਸੀਂ ਪਹਿਲੇ ਵੀ ਕਾਰੋਬਾਰ ਆਪਣਾ ਸ਼ੁਰੂ ਕੀਤਾ ਸੀ ਨਾ ਬੱਚੇ ਚੀਜ਼ਾਂ ਔਰ ਬੱਚੇ ਜਿਹੜੇ ਨੇਗੇ ਇਹਨਾਂ ਨੂੰ ਐਡਵਰਟਾਈਜ਼ ਕਰਨਾ ਹੈਗਾ ਆਪਾਂ ਇੱਕ ਵਾਰੀ ਦੁਕਾਨ ਆਪਣੀ ਨਾ ਜਿਹੜਾ ਹੈ ਨਾ ਵੀ ਹੁਣ ਅੱਲਾ ਕਰੇ ਸ਼ਾਲਾ ਮੇਰੀ ਤਬੀਅਤ ਸਹੀ ਰਵੇ ਕਿਉਂਕਿ ਅੱਗੇ ਵੀ ਮੇਰੀ ਜਿਹੜੇ ਸੱਟ ਲੱਗਾ ਨਹੀਂ ਵਜਾ ਤੋਂ ਇਤਨਾ ਜਿਹੜਾ ਨਾ ਕਾਰੋਬਾਰ ਡਾਊਨ ਹੋ ਗਿਆ ਔਰ ਨੁਕਸਾਨ ਹੋ ਗਿਆ ਇਸ ਤਰ੍ਹਾਂ ਸਾਨੂੰ ਭੱਜਦੇ ਸੀ ਜਿਹੜੀ ਸਿੱਧੀ ਸੇਲ ਹੁੰਦੀ ਹੈ ਨਾ ਅਸੀਂ ਜਾ ਕੇ ਨਵੀਆਂ ਨਵੀਆਂ ਚੀਜ਼ਾਂ ਲੈ ਆਉਂਦੇ ਸੀ ਹਾਂਜੀ ਤੇ ਅਸਲ ਫਿਰ ਇਕੱਲਾ ਜਾਂਦਾ ਕੋਈ ਜਿਹੜੀਆਂ ਪੈਸੇ ਹੁੰਦੇ ਸਾਰੇ ਕਰਾਂ ਫਿਰ ਉਸ ਤੋਂ ਹਟ ਕੇ ਅੰਮੀ ਜਾਨ ਦੇ ਇਲਾਜ ਤੇ ਵੀ ਲੱਗਦੇ ਰਹੇ ਚਲੋ ਛੱਡੋ ਬਾਕੀ ਚੱਲਨੇ ਆਗੇ ਪੁਰਾਣੇ ਵਕਤ ਨੂੰ ਭੁੱਲੋ ਤੇ ਨਵਾਂ ਇਨਸ਼ਾਅੱਲਾ ਤਾਲਾ ਤੁਸੀਂ ਦੇਖੋਗੇ ਕਿਸ ਤਰ੍ਹਾਂ ਅਸੀਂ ਜਿਹੜਾ ਆਪਣਾ ਕਾਰੋਬਾਰ ਜਿਹਾ ਕਾਮਯਾਬੀ ਤਰਫ ਲੈ ਜਾਣਾ ਚਲੋ ਅੰਮੀ ਜਾਨ ਲੈ ਸਮਾਨ ਰਮਜ਼ਾਨ ਸ਼ਰੀਫ ਰਮਜ਼ਾਨ ਸ਼ਰੀਫ ਦੇ ਫਰੂਟ ਵਗੈਰਾ ਅੱਬੂ ਜਾਨ ਲੈ ਆਵਾਂਗੇ ਇਫਤਾਰੀ ਵਾਸਤੇ ਸਬਜ਼ੀਆਂ ਵੀ ਜਿਹੜੀਆਂ ਸਾਰੀਆਂ ਲੈ ਆਉਂਦੀਆਂ ਕਰਾਂਗੇ ਆ ਜਾਓ ਜੀ ਸ਼ਹਿਰ ਦੀ ਤਰਫ ਹੁਣ ਇੱਥੋਂ ਨਾ ਸ਼ਹਿਰੋਂ ਹੀ ਸਮਾਨ ਲੈਣਾ ਹੈਗਾ ਚੌਂਕ ਵਾਲੀ ਦੁਕਾਨ ਤੋਂ ਨਹੀਂ ਸਮਾਨ ਲਵਣ ਲੱਗੇ ਆਗੇ ਕਿਉਂਕਿ ਉਹਨਾਂ ਤੋਂ ਕੁਛ ਪਕਾਇਆ ਵੀ ਰਹਿੰਦਾ ਹੈਗਾ ਇਨਸ਼ਾਅੱਲਾ ਤਾਲਾ ਅੱਜ ਕਰੀਬ ਹੀ ਉਹਨਾਂ ਨੂੰ ਕਲੀਅਰ ਕਰਾਂਗੇ ਅਤੇ ਉਸ ਤੋਂ ਬਾਅਦ ਫਿਰ ਉਹਨਾਂ ਕੋਈ ਜਿਹੜਾ ਕੋਈ ਸਮਾਨ ਕਰਿਆਨੇ ਦਾ ਹੋਇਆ ਉਹਨਾਂ ਕੋਲ ਲਿਆ ਕਰਾਂਗੇ ਬਾਕੀ ਮੱਛੀ ਟਾਫੀ ਜਿਹਾ ਸਮਾਨ ਹੈ ਅੰਕਲ ਬਾਬਰ ਕੋਲ ਲਿਆ ਕਰਾਂਗੇ ਜਿੰਨਾ ਕੋਲ ਮੈਂ ਸ਼ੁਰੂ ਤੋਂ ਸਮਾਨ ਲੈਂਦਾ ਹੁੰਦਾ ਸੀਗਾ
ਉਹਨਾਂ ਲਈ ਹੁਣ ਜਾ ਰਹੇ ਹਾਂਗੇ ਉਹਨੇ ਸ਼ੌਪ ਤੋਂ ਚੱਲ ਕੇ ਨਾ ਲੈ ਆਉਂਦੇ ਹਾਂ ਮੱਛੀ ਟਾਫੀ ਜਾਂ ਸਮਾਨ ਕੋਈ ਲੈਣਾ ਹੈਗਾ ਅਤੇ ਇੱਥੇ ਸ਼ਹਿਰ ਜੀ ਅਸੀਂ ਆ ਗਏ ਹਾਂਗੇ ਬਾਕੀ ਇੱਥੇ ਅੱਗੇ ਹੀ ਦੁਕਾਨ ਹੈਗੀ ਉਹਨਾਂ ਅੰਕਲ ਹੋਰਾਂ ਜਿਹਨਾਂ ਕੋਲ ਸਮਾਨ ਲੈ ਜਾਣਾ ਹੈਗਾ ਬਾਕੀ ਇੱਥੇ ਹੀ ਆ ਗਏ ਹਾਂਗੇ ਇਹ ਅੰਕਲ ਬਾਬਰ ਦੁਕਾਨ ਹੈ ਜਿਹਨਾਂ ਨੇ ਪਹਿਲੇ ਦੇਖਿਆ ਉਹਨਾਂ ਨੂੰ ਪਤਾ ਹੀ ਹੈਗਾ ਬਾਕੀ ਇੱਥੇ ਪਾਪੜ ਵਗੈਰਾ ਜਿਹਨਾਂ ਅੰਮੀ ਜਾਣ ਨੇ ਕਰਨੇ ਸ਼ੁਰੂ ਕਰਤੇ ਨੇਗੇ ਦੋ ਦੋ ਹੀ ਲੈ ਲੈਣੇ ਇਸ ਤਰ੍ਹਾਂ ਦੇ ਅੰਕਲ ਹੋਰ ਵੀ ਬੜਾ ਖੁਸ਼ ਹੋ ਰਹੇ ਨੇ ਕਹਿੰਦੇ ਮੈਂ ਸ਼ੁਕਰ ਦੁਕਾਨ 'ਚ ਵਾਕਈ ਪਹਿਲੇ ਨਾ ਹਾਲਾਤ ਹੀ ਕੁਛ ਇਸ ਤਰ੍ਹਾਂ ਦੇ ਬਾਅਦ 'ਚ ਹੋ ਗਏ ਸੀ ਚਲੋ ਕੋਈ ਬਾਤ ਨਹੀਂ ਬਾਕੀ ਸਾਰੇ ਇਹ ਤਾਂ ਮੈਂ ਜਾਂ ਤਿੰਨ ਲੈ ਲਿਆ ਜੇ ਕਾਫੀ ਚੀਜ਼ ਆ ਹਾਂ ਬਾਕੀ ਪਾਪੜ ਜੇ ਇੱਥੇ ਕੱਢ ਕੇ ਲਿਆ ਕੇ ਰੱਖਦੇ ਨੇ ਬਾਕੀ ਇਹ ਟਾਫੀਆਂ ਵਗੈਰਾ ਲੈਣੀਆਂ ਸਾਰੀਆਂ ਸਾਈਡ 'ਤੇ ਪਈਆਂ ਨੇਗੀਆਂ ਚੂਜ਼ ਕਰਕੇ ਅਤੇ ਕੱਢ ਲੈਂਦੇ ਹਾਂ ਹਾਂ 5 ਰੁਪਏ ਵਾਲਾ ਇੱਥੇ ਤਾਂ ਕਿੰਨੇ ਇੱਕ ਲੈ ਦੱਸਾਂ ਨਾ ਨਹੀਂ ਗਿਰਦੇ ਬਾਕੀ ਜੋੜ ਲਵਾਂਗੇ ਅਤੇ ਆਹ ਗਾਲਾ 5 ਰੁਪਏ ਵਾਲਾ ਇਹ 5 ਵਾਲਾ ਅਤੇ 10 ਵਾਲਾ ਦੋਨੇ ਰੱਖ ਲੈ ਬਾਕੀ ਹੁਣ ਕਹਿੰਦਾ ਤੂੰ ਸ਼ੈਂਪੂ ਕੱਢ ਲੈਂਦੇ ਪਤੀਆਂ ਮੀਆਂ ਦੋ ਲੈ ਲਈ ਫਿਰ ਦੋ ਬੜੀਆਂ ਬਾਕੀ ਇੱਧਰ ਨਾ ਕਾਫੀ ਚੀਜ਼ਾਂ ਪਈਆਂ ਹਾਂ ਟੋਲਡਰਾਂ ਇਹ ਮੀ ਜਾਂ ਦੋ ਲੈ ਲਈਏ 50-50 ਰੁਪਏ ਕਿੰਨੇ ਦੀ ਹੋਵੇ ਹਾਂ ਇਹ ਵੀ ਕੱਢ ਲਓ ਅਤੇ ਬਾਕੀ ਹੋਰ ਦੇਖ ਲਓ ਇਹ ਬੰਟੀ ਇੱਕ ਹੀ ਬੜੀ ਹਾਂ ਅੱਜ ਮੁੱਲਾ ਪਿਆ ਇਹ ਵੀ ਲੈ ਲੈ ਹਾਂ ਇਹ ਵੀ ਠੀਕ ਹੈ ਚਲੋ ਇੱਕ ਲੈ ਲੈਣੇ ਨਹੀਂ ਅੰਮੀ ਜਾਂ ਨੇ ਅਲੱਗ ਅਲੱਗ ਫਿਰ ਪੈਕਿੰਗ ਹੋਰ ਹੋਣੀ ਨਾ ਉਹ ਕਿਤਨੇ ਦਿਨ ਹੋ ਗਏ ਹਾਂ ਇਹ ਚੈੱਕ ਕਰ ਲਵਾਂਗੇ ਇਹਦੇ ਵਿੱਚੋਂ ਚੈੱਕ ਕਰ ਲਵਾਂ ਬਾਕੀ ਇੱਧਰ ਵੀ ਕਾਫੀ ਪਏ ਨੇ ਟਾਫੀਆਂ ਵੀ ਲੈਣੀਆਂ ਨੇ ਇਹ ਵੀ ਇੱਕ ਕੱਢ ਲਓ ਬਾਕੀ ਉਹ ਉੱਤੇ ਪਈਆਂ ਨੇ ਗੀਆਂ ਸਾਰੀਆਂ ਇੱਥੇ ਤਾਂ ਲਾਈ ਹੋਈ ਕਿੱਥੇ ਗਈਆਂ ਆਹ ਪਈਆਂ ਨੇ ਹਾਂ ਕੱਢਣੇ ਆ ਸਾਰੇ ਇਹ 10 ਰੁਪਏ ਵਾਲਾ ਅੰਮੀ ਜਾਂ ਲੈ ਲਓ 10 ਵਾਲਾ ਇੱਕ 10 ਵਾਲਾ ਲੈ ਲਓ ਇੱਕ 5 ਵਾਲਾ 5 ਵਾਲਾ ਇਹ ਨਹੀਂ ਪੈਣੇ 5 ਵਾਲਾ ਹੀ ਹੈ ਇਹ 5 ਵਾਲਾ ਹਾਂ ਉੱਧਰ ਤਾਂ ਕਾਫੀ ਸਮਾਨ ਕੱਢ ਲਿਆ ਹੈਗਾ ਇਸ ਸਾਈਡ ਤੋਂ ਨਾ ਬੋਤਲਾਂ ਜੀ ਚੱਕ ਲੈ ਨੈਕਸਟ ਕੋਲਾ ਦੇਣਾ ਲੀਟਰ ਵਾਲਾ ਅਤੇ 1.5 ਲੀਟਰ ਹਾਂ ਅਤੇ ਲੀਟਰ ਵਾਲਾ ਦੇ ਦੇ ਹਰਾ ਲੈ ਗਿਆ ਚਲੋ ਠੀਕ ਹੈ ਲਈ ਹਾਂ ਓਕੇ ਹੋ ਗਿਆ ਹਰਾ ਲੈ ਜਾਣਾ ਆ ਜਾ ਲੈ ਬਾਕੀ ਉਹ ਲੀਟਰ ਅਤੇ 1.5 ਲੀਟਰ ਵਾਲੇ ਪੈਟ ਲੈ ਨੇਗੇ ਅਤੇ ਇੱਥੋਂ ਨੇ ਇੱਕ ਛੋਟਾ ਹੀ ਲੈ ਲੈਂਦੇ ਹਾਂਗੇ ਹਰਾ ਹੀ ਪਿਆ ਚਲੋ ਇਹਦੇ ਕਾਲਾ ਕੋਈ ਨਹੀਂ ਉਹ ਦੇ ਦੇ ਉਹ ਹੀ ਜਾ ਕਦੇ ਕਿੱਥੇ ਪਏ ਬਾਕੀ ਉਹ ਨਾ ਬਲੈਕ ਖਤਮ ਹੋ ਗਿਆ ਹੋਏ ਨੇਗੇ ਹਰਾ ਹੀ ਲੈ ਲੈ ਚਲੋ ਓਕੇ ਬੋਤਲਾਂ ਹੀ ਆ ਗਈ ਬਾਕੀ ਸਮਾਨ ਜੀ ਸਾਰਾ ਜਿਹੜਾ ਨੇ ਇੱਥੇ ਕੱਢ ਲਿਆ ਹੈਗਾ ਜੇ ਲੈ ਜਾਣਾ ਹੈਗਾ ਤਾਂ ਅੰਕਲ ਹੋਰ ਜੀ ਇੱਕ ਸਾਈਡ ਤੋਂ ਬਹਿ ਗਏ ਨੇ ਬਿੱਲ ਜਿਹੜਾ ਬਣਵਾ ਲੈ ਆਗੇ ਕਾਫੀ ਜੇ ਬੱਚੇ ਚੀਜ਼ਾਂ ਲਈਆਂ ਘਰ ਚੱਲ ਕੇ ਤਾਂ ਦਿਖਾਉਣਾ ਬਾਕੀ ਮਾਸ਼ਾਅੱਲਾ ਇਹ ਵੀ ਲਈ ਹੈਗੀ ਬੱਚਿਆਂ ਦੀ ਉਹ ਮਿੱਟੀ ਜਿਹੜੀ ਹੈਗੀ ਕਾਫੀ ਚੀਜ਼ਾਂ ਲਈਆਂ ਨੇ ਮੈਂ ਇਨਸ਼ਾਅੱਲਾ ਤਾਲਾ ਘਰ ਚੱਲ ਕੇ ਤਾਂ ਦਿਖਾਉਣਾ ਆ ਗਿਆ ਆਹ ਗੁਬਾਰੇ ਵਗੈਰਾ ਵੀ ਬਾਕੀ ਜਿਹੜਾ ਸਮਾਨ ਲਿਖੀਂਦਾ ਜਾ ਰਿਹਾ ਭਾਈ ਹੋਰ ਜੇ ਇਹਨਾਂ ਪੈਕ ਕਰਦੇ ਜਾ ਰਹੇ ਨਾਲੋਂ ਨਾਲ ਜੇ ਡੱਬਿਆਂ ਭਰਦੇ ਜਾ ਰਹੇ ਨੇਗੇ ਸਾਰਾ ਸਮਾਨ ਪਤਾ ਨਹੀਂ ਕਿਵੇਂ ਮੋਟਰਸਾਈਕਲ ਲੈ ਜਾਂਦੇ ਦੇਖਣੇ ਆਣੇ ਹਾਲੇ ਤੱਕ ਪੱਲੀਆਂ ਚੀਜ਼ਾਂ ਜੀ ਉਹਨਾਂ ਦਾ ਹੁਣ ਬਿੱਲ ਬਣਾਉਣਾ ਇਹਨਾਂ ਕੋਲ ਰਸ਼ ਹੀ ਪਿਆ ਫਿਰ ਦੁਕਾਨ ਹੀ ਮੈਨੇਜ ਉਹਨਾਂ ਨੇ ਕਰਨੀ ਨਾਲ ਨਾਲ ਉੱਧਰ ਫਿਰ ਦੂਸਰੇ ਗਾਹਕਾਂ ਨੂੰ ਦੇ ਰਹੇ ਸਮਾਨ ਅਤੇ ਅੰਕਲ ਹੋਰ ਜੀ ਇੰਨਾ ਮੁਕੰਮਲ ਬਿੱਲ ਬਣਾ ਰਹੇ ਨੇਗੇ ਬਣਾ ਲੈਂਦੇ ਨੇਗੇ ਤੋਂ ਬਾਹਰ ਵੀ ਜਿਹੜੀ ਨਾ ਰਾਤ ਹੋ ਗਈ ਹੈ ਕਾਫੀ ਲੇਟ ਹੋ ਗਈ ਸਾਨੂੰ ਇੱਥੇ ਆਇਆਂ ਨੂੰ ਕਾਫੀ ਟਾਈਮ ਹੋ ਗਿਆ ਅਸਲ ਤਾਂ ਰਸ਼ ਰਹਿੰਦਾ ਇੰਨਾ ਕੋਈ ਫਿਰ ਜਾਣਾ ਬਿੱਲ ਹੀ ਕਾਫੀ ਟਾਈਮ ਘੁੰਮਣ ਬਾਕੀ ਬਿੱਲ ਤਕਰੀਬਨ 13,000 ਦਾ ਬਣਿਆ ਕੁਛ ਚੀਜ਼ਾਂ ਜੇ ਪੈਂਡਿੰਗ ਰੱਖੀਆਂ ਸੋ ਵੀ ਲੈ ਲੈਣੇ ਹੈਗੇ ਇੱਕ ਤਾਂ ਅੰਡੇ ਟ੍ਰੇ ਲਵਣ ਲੱਗਿਆ ਸਰਫ ਲੈਣਾ ਹੈਗਾ ਬਾਕੀ ਜੇ ਇਹਨਾਂ ਬਰਤਨਾਂ ਦੋਵਾਂ ਸਾਬਣ ਉਹ ਵੀ ਲੈ ਲੈਣੇ ਅਤੇ ਇੱਦਾਂ ਮੈਂ ਆਹ ਚੀਜ਼ਾਂ ਰੱਖੀਆਂ ਹੋਈਆਂ ਆਹ ਵੀ ਲੈਣੀਆਂ ਨੇ ਚਾਚੂ ਮੈਂ ਪਹਿਲੇ ਕੱਢ ਕੇ ਰੱਖ ਲਈਆਂ ਹਾਂ ਇੱਥੇ ਹੋਰ ਵੀ ਸੀਗੀਆਂ ਇਹ ਅਟਕੇ ਨਹੀਂ ਇਹ ਨਹੀਂ ਵਿਕਦਾ ਤਾਂ ਹੈਗਾ ਹੈਲੋ ਇਹ ਗਿਣ ਲਓ 14,000 ਇਹ ਹੈ ਬਾਕੀ 14,000 ਅਤੇ 590 ਰੁਪਏ ਜੇ ਇਹਨਾਂ ਪਰਚੀ ਬਣੀ ਹੈਗੀ ਅੰਕਲ ਨੂੰ ਬਾਕੀ 590 ਦਿੰਦੇ ਆਗੇ ਅਤੇ ਤਕਰੀਬਨ 15,000 ਦਾ ਜਿਹੜਾ ਨਾ ਅਸੀਂ ਐਸਟੀਮੇਟ ਲਾ ਕੇ ਆਇਆ 14,000 ਰੁਪਏ ਦਾ 14,590 ਰੁਪਏ ਸਮਾਨ ਲੈ ਲਿਆ ਇਹ ਬਾਕੀ ਹੋਰ ਨਵੀਆਂ ਚੀਜ਼ਾਂ ਜਿਹੜੀਆਂ ਵਿੱਚ ਐਡ ਕੀਤੀਆਂ ਨੇਗੀਆਂ ਸਾਬਣ ਹੀ ਉੱਥੋਂ ਹਾਲੇ ਤੱਕ ਲੈਣਾ ਬਾਕੀ ਸਾਰਾ ਸਮਾਨ ਜਿਹਾ ਪੈਕ ਹੋਇਆ ਪਿਆ ਇੱਥੇ ਤੱਕ ਬੋਤਲਾਂ ਵੀ ਆਪਣੀਆਂ ਪਈਆਂ ਮੋਟਰਸਾਈਕਲ 'ਤੇ ਜਿਤਨੀਆਂ ਚੀਜ਼ਾਂ ਰੱਖੀਆਂ ਰੱਖ ਲੈਣਾ ਬਾਕੀ ਅੰਕਲ ਕਹਿ ਰਹੇ ਨੇ
सुबह फर्स्ट टाइम इन्हें सेलमैन जाते हैं साढ़े पिंड वाली साइड के, तो उसे ना खुद पड़ा के जावन के जाते हो। चलो ठीक है, इन्हें गड्डी होंगी तो गड्डी रख के लियाने, बाकी ऑन रखा रखने मोटरसाइकिल। बाकी भाई साहब सारिया चीज़ा असं मोटरसाइकिल से ले जा रहे हैं, कुछ चीज़ा थले टंगी हुई ने, मम्मी जान बड़ी मुश्किल से सारी चीज़ एक बार करके ले जा रही ने। चलने ना घर चल के तुम फिर दिखाने। लो जी खैरी सलामती असी घर भी पहुँच गए माशाल्लाह। अनार देखो किन्ना प्यारा लग रहा, इतने इन्ना समान ला लें क्योंकि अगर अंदर नहीं जाया जाना काफ़ी जी तो उच्ची जगह बन जाती है इस वजह तो। बाकी समान जरा ला के रख लिया, तो बाकी किन्ना देख के समान दिल खुश हो रहा है। दुकान ही अबू जान होना खुश हो रही होनी है कि माशाल्लाह समान पैन लगे। बाकी काफ़ी चीज़ा ने कलोज कलोज कुंजी जी हुई हाँ, तो इस वजह तो ना जी हाँ। बाकी यह चीज़ा जी नमी जान हूँ क्लीयरली नहीं दिखाई जानी, मैं कहना सुबह ही दिखावे अपने देखने वाले जो भैन भाई ने ना, तुम सुबह ही दिखावे सारी चीज़ा ना। फर्स्ट टाइम लावा भी गए दुकान दिखावे ऐसे विलाग च माशाल्लाह समान ना मंजा ही भरया गया है, बोतल करे प जी चीजा अबू जान पहले पईया सी ना असि लई, बल्कि इन चीजा ने तलक ही नहीं है वो करियाने ले आ जाता समान बच्चों की जेडी चीजा ने ना वो असि सारीया ले आंदी है, मेरे कोल जेडे खाली ते लाख रुपए वगैरह नहीं लगती वो पहले तो मंगा दे सा देखा हां उन्ना कोल नहीं सी ये गंदी जी 400 दी मैं आके नहीं लाई मैं आके खिडौने पीछे जेना बच्चे लेंगे। बाकी आ अबू जान बिल बनया जे 14590 रुपए दा रख लिया जिथे दूसरे बिल सारे कुंज के रखे, फिर मैं आपे हिसाब किताब इनका जाना करा ओके हो गया कैलकुलेटर जाना मसला वगैरह कैलकुलेशन ना हो जाए। बाकी जिन्ना बहुत प्यारा लगता है मैनू जो नज़र पैंती ना बुझा हाँ उगे हो तो और ज्यादा प्यारा लगेगा। तो माशाल्लाह अल्लाह पाक का शुक्र है इतनी खूबसूरती कर दे अगे बन गई मोटरसाइकिल अंदर लै चलिए। मोटरसाइकिल जो अंदर लैके आ गया तो उधर ना सर्दी लग रही थी, मैं जैकेट पा ली इस टाइम जरा ना कक्कर पैंता है जिस वजह सर्दी बहुत ज़्यादा होंगी है। तो उधर अबू जान ही ना परेशान हो गए थे कि असन और ये ना आए क्यों नहीं गए, काफ़ी टाइम हो गया तो 3 घंटे हाँ और छोटी छोटी चीज़ा ने अबू जान पूरी करनी तो हट के तुम पता हूँ अंकल बाबर और कितना रश हो छोटी छोटी। बाकी जी रोटियां पहले नहीं पकाइया सदे लम्मी जान ने आयशा को क्या है चलो रोटियां पकाओ, तो उधरों ना असं कुछ धनिया लैके आए थे तो नाल लै आए दही इनकी जी चटनी बनाने आगे तो उन्होंने जी रोटियां ये ना सब्जी घर आई कोई नहीं इस वास्ते सालन सुलन कुछ भी नहीं पकाया गया तो मुड़ा दही लिया धनिया मंगा के मैं चल चटनी बना लें इन इसे तरह खा लेने। बाकी मजेदार भी लगेगी चटनी बड़ी परदे को लगे ने भी बड़ा वी आई पी हो गया दूसरी साइड से इंशाल्लाह तां लाने आज जिवें अम्मी जाने हफ्ता आंदा ना उतन तक मैं अपनी बल्कि उतले हफ्ते थी आवेगी तनखा उतले हफ्ते से इंशाल्लाह तला जावे शॉपिंग कर आवे कुछ जो घर के परदे वगैरह लगन आए ने ना ये तो लाने आगे ना इन्हें ना काफ़ी जी गर्मियों सू बचत होगी। तो उधर अबू जान आप जो सच मैं तहू तो दिखाया नहीं मैं अपने व्यूर ने नहीं दिखाया है जी पली वगैरह मंगवाई हैगी पली वी आई पी हैगी आ ग्रीन आ ग्रीन इन ग्रीन पता नहीं की तो कहें गे शेड आंदा की चीज़ इन सदे ने गे यही जरा ना तो नाल एक वड्डी पली हैगी गर्मियों जो असी इतने लावन का सोचा है जी बेरी है ना इन्हें थले लावे एक तो जी ना हाँ पली इतने लावे कहें छां वगैरह बनी दी करे एक पत्ते नहीं गिरनगे हाँ पत्ते तो उत्ते परिंदे वगैरह जेडे ना गंद वगैरह सीट देते हाँ विठा कर देंगे होंगे उस वजह तो ना जो ना जिम्मे इतने कपड़े खड़े हैं तो इन्हें विठा वगैरह कर खराब कर देंगे होंगे ने परिंदे इस वजह तो ना इतने थले पली ला देव एक छां होगी सुकून ना छप्पर टाइप बन जाएगा ठंडी हवा भी लगी करेगी हाँ काफ़ी वड्डी है सुबह इंशाल्लाह ताला धोनी है कि तुम दिखावगा खिलार के तो सुबह ऐसे विला के जी ठीक है। बाकी नूर जी अम्मी जान दी हेल्प करा रही वाह नूर वाह खिलौना जी छोटी अखा कि कर ली
ਅਜੀਬ ਜੀ ਹੈ ਕਿ ਇੰਡੀਜ਼ ਵਾਲਿਆਂ ਨੇ ਤੂੰ ਵੇਖ ਉਹਨੇ ਕਿੰਨੇ ਜਿੰਨੇ ਜੇ ਬੰਨੇ ਵੈਸਟ ਇੰਡੀਜ਼ ਵਾਲੀਆਂ ਮਾਈਆਂ ਨਹੀਂ ਬੰਦੀਆਂ ਸਾਰੇ ਡਿਜ਼ਾਈਨ ਹੀ ਉਦਾਂ ਬਣਾਇਆ ਸਿਰ ਅਫਰੀਕਾ ਹੋਈ ਉਹ ਵੈਸਟ ਇੰਡੀਜ਼ ਅਫਰੀਕਾ ਕਿਸ਼ੋ ਜਾਂ ਨੂਰ ਉਹਨਾਂ ਨੇ ਲਿੱਟਾਂ ਜੀਆਂ ਬਣਾਈਆਂ ਹੁੰਦੀਆਂ ਜਿਵੇਂ ਆ ਬਣਾਈ ਫਿਰਦੀ ਛੋਟੀ ਛੋਟੀ ਤੇ ਮਾਸ਼ਾਅੱਲਾ ਜੀ ਦੇਖੋ ਚਟਨੀ ਤਿਆਰ ਹੋ ਗਈ ਸਗਣੀ ਸਗਣੀ ਦਹੀਆਂ ਦੀ ਮਜ਼ੇਦਾਰ ਤੇ ਨਾਲ ਜੀ ਆਇਸ਼ਾ ਬਣਾ ਰਹੀ ਹੈ ਤੇ ਰੋਟੀਆਂ ਕੀ ਆ ਰਹੀਆਂ ਮਜ਼ੇਦਾਰ ਲੱਗਣ ਮਜ਼ਾ ਹੀ ਆ ਜਾਏਗਾ ਬਾਕੀ ਮਾਸ਼ਾਅੱਲਾ ਅੰਮੀ ਜਾਨ ਨੇ ਨਾ ਚਟਨੀ ਜਿਹੜੀ ਸਾਰਿਆਂ ਨੂੰ ਤਕਸੀਮ ਕਰਨੀ ਸ਼ੁਰੂ ਕਰਤੀ ਹੈ ਕਿ ਮੈਨੂੰ ਦਿਓ ਰੋਟੀ ਭੁੱਖ ਬਹੁਤ ਜ਼ਿਆਦਾ ਲੱਗੀ ਨੂਰ ਤੇ ਸਨੈਣ ਜੀ ਇੱਥੇ ਬਹਿ ਕੇ ਜਿਹੜੇ ਨਾ ਖਾਣਾ ਖਾ ਰਹੇ ਸੀਗੇ ਇਹ ਨੂਰ ਸਨੈਣ ਰਲ ਖਾ ਰਹੀ ਆ ਜਾ ਮੇਰੇ ਨਾਲ ਰਲ ਕੇ ਬਹਿ ਖਾ ਲਾ ਬਾਕੀ ਠੀਕ ਹੈ ਹੁਣ ਫਿਰ ਮੈਂ ਖਾਣਾ ਖਾ ਲੈਣਾ ਆ ਗਿਆ ਅਤੇ ਉਸ ਤੋਂ ਬਾਅਦ ਇਨਸ਼ਾਅੱਲਾ ਤਾਲਾ ਫਿਰ ਮੁਲਾਕਾਤ ਅਲਹਮਦੁਲਿਲਾ ਜੀ ਖਾਣਾ ਅਸੀਂ ਖਾ ਲਿਆ ਹੈਗਾ ਬਾਕੀ ਮੈਂ ਤਾਂ ਹੁਣ ਫਿਰ ਸੌਣ ਲੱਗਿਆ ਆਗਾ ਸੁਬਹਾ ਇਨਸ਼ਾਅੱਲਾ ਤਾਲਾ ਨਾ ਬਾਕੀ ਇਹ ਸਮਾਨ ਲਿਆ ਆਗੇ ਉਹ ਡੱਬੇ ਚੋਂ ਕੱਢ ਕੇ ਅਨਬੋਕਸਿੰਗ ਕਰਕੇ ਇਨਸ਼ਾਅੱਲਾ ਤਾਲਾ ਦਾ ਦਿਖਾਵਾਂਗੇ ਵਿਲਾਗ ਸੇ ਅੱਗੇ ਜਿਹੜਾ ਨਾ ਮੁਕੰਮਲ ਵਾਚ ਕਰਨਾ ਠੀਕ ਹੈ ਇਨਸ਼ਾਅੱਲਾ ਤਾਲਾ ਫਿਰ ਸੁਬਹਾ ਫਸਟ ਟਾਈਮ ਮਿਲਦੇ ਹਾਂ ਵੈਲਕਮ ਬੈਕ ਜੀ ਦਿਨ ਹੋ ਗਿਆ ਹੈਗਾ ਅਤੇ ਬਾਕੀ ਹੁਣ ਫਿਰ ਮੈਂ ਸੁਬਹਾ ਸੁਬਹਾ ਪਹਿਲੇ ਨਾਸ਼ਤਾ ਕਰਨ ਲੱਗਿਆ ਆਗਾ ਅਤੇ ਉਸ ਤੋਂ ਬਾਅਦ ਬਾਕੀ ਜਿਹੜਾ ਨਾ ਦੇਖਣੇ ਆਗੇ ਦੁਕਾਨ ਦੀ ਸੈਟਿੰਗ ਵਗੈਰਾ ਹੀ ਹੋਣੀ ਕਰਨੀ ਹੈਗੀ ਇੱਥੇ ਅੰਦਰ ਬੈਠ ਕੇ ਪਹਿਲੇ ਨਾਸ਼ਤਾ ਕਰ ਲੈਣਾ ਆ ਗਿਆ ਅਤੇ ਉਸ ਤੋਂ ਬਾਅਦ ਜੇ ਦੁਕਾਨ ਦੇ ਸਮਾਨ ਵਗੈਰਾ ਜੋੜਨੇ ਆ ਗਏ ਕਿਉਂਕਿ ਸਕੂਲ ਦੇ ਬੱਚਿਆਂ ਦਾ ਟਾਈਮ ਹੋਣ ਵਾਲਾ ਹੈਗਾ ਅਤੇ ਸਕੂਲ ਟਾਈਮ 'ਚ ਹੁਣ ਅੱਛੀ ਖਾਸੀ ਸੇਲ ਹੋ ਜਾਵੇ ਜੀ ਫਿਰ ਜੋ ਸਕੂਲੋਂ ਛੁੱਟੀ ਹੋਈ ਉਦੋਂ ਸਮਝ ਲਓ ਫਸਟ ਟਾਈਮ ਜਿਹੜੀ ਨਾ ਅੱਛੀ ਸੇਲ ਆਉਂਦੀ ਹੈਗੀ ਜੋ ਬੱਚੇ ਸਕੂਲ ਜਾਂਦੇ ਹਾਂ ਸੈਕਿੰਡ ਟਾਈਮ ਫਿਰ ਕੋਈ ਨਹੀਂ ਹੁੰਦਾ ਸੈਕਿੰਡ ਟਾਈਮ ਵੀ ਹੁੰਦੀ ਨਹੀਂ ਸੇਲ ਹੁੰਦੀ ਸੀ ਪਰ ਉਹ ਸੈਕਿੰਡ ਟਾਈਮ ਖਰਚ ਜਾਂਦੇ ਨੇ ਖਰਚ ਕੇ ਜਾਂਦੇ ਨੇ ਥੋੜ੍ਹੇ ਬਹੁਤ ਹੀ ਉਹਨਾਂ ਕੋਲ ਚਲੋ ਠੀਕ ਹੈ ਅਲਹਮਦੁਲਿਲਾ ਜੀ ਨਾਸ਼ਤਾ ਮੈਂ ਕਰ ਲਿਆ ਹੈਗਾ ਬਾਕੀ ਇੱਧਰ ਬਾਹਰ ਆਇਆ ਹੈਗਾ ਇਹਨਾਂ ਦੇ ਯਕੀਨ ਮਾਸ਼ਾਅੱਲਾ ਪੌਦੇ ਜਿਹੜੇ ਨਾ ਬਹੁਤ ਪਿਆਰੇ ਲੱਗ ਰਹੇ ਨੇਗੇ ਘਰ ਦੀ ਇਹਨਾਂ ਫਰੰਟ ਸਾਈਡ ਦੀ ਲੋਕੇਸ਼ਨ ਇਹਨਾਂ ਦੀ ਵਜ੍ਹਾ ਤੋਂ ਬਣ ਗਈ ਹੈਗੀ ਅਤੇ ਉਦੋਂ ਨਾ ਕੱਲ੍ਹ ਇਹ ਵਾਲਾ ਜਿਹੜਾ ਹੈਗਾ ਮਿੱਠਿਆਂ ਦਾ ਪੌਦਾ ਇਹ ਮੁਰਝਾਉਣਾ ਸ਼ੁਰੂ ਹੋ ਗਿਆ ਸੀ ਮਾਸ਼ਾਅੱਲਾ ਹੁਣ ਜਿਹੜੇ ਇਹਨਾਂ ਨੇ ਪੱਤਰ ਤੋਂ ਠੀਕ ਹੋ ਗਏ ਹੋਏ ਨੇਗੇ ਕੱਲ੍ਹ ਸਾਰੇ ਮੁਰਝਾ ਜੇ ਗਏ ਸੀਗੇ ਹੁਣ ਠੀਕ ਖੜੇ ਨੇ ਕਿਉਂਕਿ ਰਾਤ ਨੂੰ ਆਉਂਦੀ ਹੈਗੀ ਠੰਡ ਅਤੇ ਕੱਲ੍ਹ ਸੈਕਿੰਡ ਟਾਈਮ ਹੀ ਇੱਕ ਤਰ੍ਹਾਂ ਲੱਗੇ ਨੇਗੇ ਅਤੇ ਉਦੋਂ ਥੋੜ੍ਹੇ ਮੁਰਝਾ ਗਏ ਹਨ ਗਰਮੀ ਦੀ ਵਜ੍ਹਾ ਮਾਸ਼ਾਅੱਲਾ ਹੁਣ ਠੀਕ ਨੇਗੇ ਕਿਉਂਕਿ ਰਾਤ ਨੂੰ ਤਾਂ ਸ਼ਬਨਮ ਵਗੈਰਾ ਪਈ ਨਾ ਅਤੇ ਪੱਤੇ ਹੀ ਹੁਣ ਠੀਕ ਹੋ ਗਏ ਹੋਏ ਨੇ ਮਾਸ਼ਾਅੱਲਾ ਇਹ ਵੀ ਬਹੁਤ ਜ਼ਿਆਦਾ ਗਰੋਅ ਕਰੇਗਾ ਨਾਲ ਦੀ ਮੈਂ ਅਨਾਰ ਨੇ ਗਰੋਅ ਕਰਨਾ ਹੈਗਾ ਅਤੇ ਸਾਹਮਣੇ ਫਸਲਾਂ ਦੇਖੋ ਰਾਤ ਨੂੰ ਜੀ ਸ਼ਬਨਮ ਪਈ ਹੈਗੀ ਹੁਣ ਬਾਫ ਬਣ ਕੇ ਨਾ ਹਵਾ 'ਚ ਜਿਹੜੀ ਹੱਲ ਹੁੰਦੀ ਜਾ ਰਹੀ ਹੈਗੀ ਦੂਆਂ ਜਿਹਾ ਨਿਕਲ ਰਿਹਾ ਹੈਗਾ ਸਾਰੀਆਂ ਫਸਲਾਂ ਉੱਤੋਂ ਹਾਂਜੀ ਫਿਰ ਆਪਣੀ ਸ਼ੋਪ ਜਿਹੜੀ ਓਪਨ ਕਰਨੇ ਆਗੇ ਅਤੇ ਅੰਦਰੋਂ ਇਹਦੀ ਸਾਫ਼ ਸਫਾਈ ਜਿਹੜੀ ਕਰਨੀ ਹੈਗੀ ਉਹ ਕਰਨੇ ਆ ਜੀ ਅੰਦਰ ਕੋਈ ਫਾਲਤੂ ਚੀਜ਼ਾਂ ਪਈਆਂ ਨੇ ਉਹ ਚੱਕ ਕੇ ਪਰਾਂ ਗਾਰੇ ਰੱਖਣੇ ਆਗੇ ਦੁੱਤਨੇ ਟਾਈਮ ਤਾਂ ਕੰਮ ਹੀ ਜਾਣ ਜਿਹੜੀਆਂ ਨਹੀਂ ਉਹ ਵੀ ਉੱਠ ਕੇ ਆ ਜਾਂਦੀਆਂ ਨੇਗੀਆਂ ਫਿਰ ਇਨਸ਼ਾਅੱਲਾ ਤਾਲਾ ਤੁਹਾਨੂੰ ਸਮਾਨ ਵੀ ਦਿਖਾਉਂਦੇ ਹਾਂ ਜੇ ਰਾਤ ਨੂੰ ਅਸੀਂ ਲੈ ਕੇ ਆਏ ਸੀਗੇ ਉਵੇਂ ਡੱਬਿਆਂ ਦੇ ਵਿੱਚ ਪਿਆ ਮਿਜ਼ਾਨ ਵੀ ਆ ਗਿਆ ਬਾਕੀ ਅੰਦਰ ਜੇ ਨਾ ਰਾਤ ਨੂੰ ਮੈਂ ਹੀ ਸੌਂਦਾ ਹੁੰਦਾ ਆ ਗਿਆ ਤਾਂ ਸੋਤ ਵਗੈਰਾ ਜੇ ਲਪੇਟ ਲੈਂਦੇ ਹਾਂ ਮੰਜਾ ਵੀ ਅਸੀਂ ਗਾਰੇ ਰੱਖੀਏ ਅੰਦਰੋਂ ਖੁੱਲ੍ਹੀ ਜਗ੍ਹਾ ਹੋਵੇਗੀ ਅਤੇ ਸਮਾਨ ਜਿਹਾ ਸੈਟਿੰਗ ਕਰਨੇ ਹਾਂ ਹਾਂ ਚਲੋ ਐਵੇਂ ਕਰ ਲਓ ਹਾਂ ਇਹ ਘਰ ਰੱਖਣੇ ਆ ਗਏ ਅਤੇ ਅੱਬੂ ਜਾਨ ਦੇ ਜਿਹੜੇ ਉਹ ਸਬਜ਼ੀ ਵਾਲੀ ਟੋਕਰੀਆਂ ਵਗੈਰਾ ਨੇ ਵੀ ਉੱਧਰ ਰੱਖੀਏ ਅੰਦਰ ਜਿਹੜੇ ਝਾੜੂ ਵਗੈਰਾ ਲਾ ਕੇ ਜਿਹੜੇ ਉਹ ਪਈਆਂ ਨੇਗੀਆਂ ਨਾਲ ਮੁੜੇ ਜੇ ਇਹ ਵੀ ਚੱਕ ਦਈਏ ਵੈਸੇ ਮੈਂ ਕਿੱਲ ਕੋਈ ਨਹੀਂ ਲਾਇਆ ਕਿੱਲ ਅਗਰ ਲੈ ਕੇ ਆਇਆ ਤਾਂ ਬਲਕਿ ਬਾਰੀਆਂ ਜਿਹੜੀਆਂ ਨੇ ਵੀ ਉਸ ਤਾਂ ਲਾ ਲੈਣੀਆਂ ਸੀਗੀਆਂ ਜੀ ਉਹ ਖਾਲਾ ਜਾਨ ਵੀ ਕਹਿ ਰਹੀਆਂ ਸੀਗੀਆਂ ਸਨ ਤੂੰ ਨਾ ਬਾਰੀਆਂ ਉੱਤੋਂ ਪਹਿਲੇ ਫਿਕਸ ਕਰਨੀਆਂ ਬਾਅਦ ਸਮਾਨ ਜੋੜਨਾ ਕਿਉਂਕਿ ਠੀਕ ਨਹੀਂ ਲੱਗ ਰਹੀਆਂ ਨੇ ਅਤੇ ਉਦੋਂ ਤੁਹਾਨੂੰ ਮੈਂ ਦੱਸ ਦੇਵਾਂ ਜਿਹੜਾ ਵੀ ਸਮਾਨ ਸਾਡੀ ਸ਼ੋਪ ਦਾ ਆਇਆ ਮੇਰੇ ਖਾਲਾ ਜਾਨ ਦੀ ਤਰਫੋਂ ਹੈਗਾ ਅੱਲਾ ਪਾਕ ਉਹਨਾਂ ਨੂੰ ਹਮੇਸ਼ਾ ਖੁਸ਼ ਰੱਖੇ ਤੁਸੀਂ ਉਹਨਾਂ ਵਾਸਤੇ ਹਾਂਜੀ ਕਿਉਂਕਿ ਮੁਕੰਮਲ ਜਿਹੜੀ ਸਾਡੀ ਸ਼ੋਪ ਹੈ ਨਾ ਇਹ ਉਹਨਾਂ ਨੇ ਤਮੀਰ ਵੀ ਕਰਵਾਈ ਸੀਗੀ ਨਾਲ ਆਹ ਜਿਹੜਾ ਹੈਗਾ ਅਤੇ ਘਰ ਦਾ ਸਮਝ ਲਓ ਕਿ ਅੱਗੇ ਵਾਲਾ ਜਿਹੜਾ ਸਾਰਾ ਨਕਸ਼ਾ ਬਣਿਆ ਫਰਸ਼ ਤੱਕ ਸਾਰਾ ਉਹਨਾਂ ਨੇ ਲਵਾਇਆ ਹੈਗਾ ਜੀ ਬਾਕੀ ਅੱਬੂ ਜਾਨ ਦੇ ਸਬਜ਼ੀ ਵਾਲੀ ਕੋਲ ਟੋਕਰੀਆਂ ਵਗੈਰਾ ਪਈਆਂ ਨੇ ਸੋਟੇ ਵਗੈਰਾ ਪਏ ਨੇ ਸਾਰੇ ਚੱਕੀਏ ਤੋਂ ਸਫਾਈ ਕਰੀਏ ਅਤੇ ਅੰਮੀ ਜਾਨ ਹੁਣ ਫਿਰ ਆਪੇ ਹੀ ਬਾਅਦ ਲਾ ਲਵਾਂਗੇ ਇਹਨਾਂ ਨੂੰ ਤਾਂ ਸ਼ੈਲਫਾਂ ਨੂੰ ਨਹਾਉਣ ਜਿਹੜਾ ਵਾਕਈ ਹਾਂ ਨਹੀਂ ਇਹ ਕਰੀ ਨਾ ਐਵੇਂ ਹੀ ਇਹਨਾਂ ਸਮਾਨ ਜੋੜਨੇ ਆ ਅਤੇ ਅੱਜ ਨਾ ਮੇਰਾ ਸ਼ਹਿਰ ਚੱਕਰ ਲੱਗਿਆ ਮੈਂ ਲੈ ਆਵਾਂਗਾ ਕਿੱਲ ਅਤੇ ਰਾਤ ਨੂੰ ਲਾ ਲਵਾਂਗੇ ਅੱਬੂ ਜਾਨ ਤਾਂ ਮੈਂ ਰਲ ਕੇ ਐਵੇਂ ਕਰ ਲੈਂਦੇ ਹਾਂਗੇ ਪਰਦਾ ਲਾ ਦਿਓ ਕਿਉਂਕਿ ਨਜ਼ਰ ਪਵੇਗੀ ਬੱਚਿਆਂ ਦੀ ਅੱਗੇ ਸਮਾਨ ਵਗੈਰਾ ਲੈ ਅਤੇ ਇਹ ਚੀਜ਼ਾਂ ਜਿਹੜੀਆਂ ਸਾਰੀਆਂ ਖੁੰਝਣੀਆਂ ਘਰ ਦੀ ਤਰਫ ਅਤੇ ਬਾਕੀ ਅੰਮੀ ਜਾਨ ਜਿਹੜੀਆਂ ਚੀਜ਼ਾਂ ਜਿਹੜੀਆਂ ਸਾਰੀਆਂ ਕੱਢ ਕੇ ਦਿਖਾਉਂਦੀਆਂ ਨੇਗੀਆਂ ਬਾਕੀ ਜਿਵੇਂ ਹੀ ਇਸ ਜਗ੍ਹਾ ਸਮਾਨ ਰੱਖਿਆ ਇਹਨਾਂ ਅੱਗੇ ਨਜ਼ਰ ਆਇਆ ਬੱਚਿਆਂ ਨੂੰ ਗੁਜ਼ਰ ਰਹੇ ਸੀਗੇ ਸਾਡੇ ਪੜੋਸੀਆਂ ਦੇ ਸਾਹਮਣੇ ਇਹਨਾਂ ਦਾ ਘਰ ਹੈਗਾ ਅਤੇ ਪਹਿਲੇ ਗਾਹਕ ਸਾਡੇ ਇਹ ਨੇਗੇ ਇਹ ਚੀਜ਼ ਲਵਣ ਆ ਗਏ ਫਸਟ ਗਾਹਕ ਆਏ ਨੇਗੇ ਮਾਸ਼ਾਅੱਲਾ ਅੱਬੂ ਜਾਨ ਬੜੇ ਖੁਸ਼ ਹੋ ਰਹੇ ਸੀ ਕਿ ਫਰਮਾਇਆ ਕੋਈ ਨਹੀਂ ਹੈਗਾ ਯਾਰ ਸਾਰੀ ਰਾਤ ਦਰਦਾਂ ਰਹੀਆਂ ਨੇ ਮੈਂ ਕਿਹਾ ਬਾਂਕੋ ਮਾਰ ਇਹ ਤਾਂ ਫੁੱਟਣੇ ਫੁੱਟਣੇ ਇਹਨਾਂ ਨੂੰ ਤਸੱਲੀ ਜਿਹੜਾ ਸੀ ਅੱਬੂ ਜਾਨ ਨੂੰ ਬੜਾ ਖਤਰਾ ਸੀਗਾ ਮਾਸ਼ਾਅੱਲਾ ਹੁਣ ਠੀਕ ਹੋ ਕੇ ਰਿਹਾ ਹੈਗਾ
ਆ ਉਤਲੇ ਪੱਤੇ ਜਿਹੜੇ ਨਾ ਇਸ ਤਾ ਪੀਲੇ ਹੋ ਗਿਰਨਗੇ ਥਲੋਂ ਨਵੇਂ ਨਿਕਲ ਆਵਣਗੇ ਉੱਤਾਂ ਤੱਕ। ਬੱਚੇ ਜਿਹੜੇ ਨੇ ਇਹਨਾਂ ਨੂੰ ਬੜੀ ਅਬੂ ਜਾਨ ਸਹੂਲਤ ਆਉਂਦੀ ਹੈਗੀ ਆ, ਤੂੰ ਚੀਜ਼ ਲੈ ਕੇ ਜਾਂਦੇ ਵਿਚਾਰਿਆਂ ਨੂੰ ਖੁਸ਼ੀ ਹੁੰਦੀ ਹੈ ਉੱਥੋਂ ਹੱਸਦੇ ਹੱਸਦੇ। ਕਦੀ ਕਿਧਰੇ ਜਾਣਾ ਪੈਂਦਾ ਕਦੀ ਇੱਥੋਂ, ਹੁਣ ਕਾਫੀ ਸਫ਼ਰ ਬਣ ਜਾਂਦਾ ਸਾਡੇ ਸਾਹਮਣੇ ਪੜੋਸੀ ਨੂੰ, ਉੱਥੋਂ ਆਇਆ ਕਰਨਗੇ ਚੀਜ਼ ਲੈ ਕੇ ਵਾਪਸ ਘਰ ਚਲੇ ਗਏ, ਸਫ਼ਰ ਨਹੀਂ ਇਤਨਾ ਪਿਆ ਕਰੇਗਾ। ਚਲੋ ਠੀਕ ਹੈ, ਬਾਕੀ ਇਹ ਸਮਾਨ ਇਹਨਾਂ ਨਾਲੋ ਨਾਲ ਲਾਉਂਦੇ ਹਾਂ। ਅੰਮੀ ਜਾਨ ਦਿਖਾ ਤਾਂ ਲਈਏ ਸਾਰੀਆਂ ਚੀਜ਼ਾਂ, ਕਰੀ ਨਾ ਕੱਢ ਕੇ ਦਿਖਾਈਏ ਫਿਰ ਇਨਸ਼ਾਅੱਲਾ ਤਾਲ ਲਾਉਂਦੇ ਹਾਂ। ਅਤੇ ਅੱਬੂ ਜਾਨ ਇੱਥੇ ਲਾਉਣ ਵਾਸਤੇ ਕੱਪੜਾ ਲੈ ਆਏ ਨੇਗੇ, ਅਤੇ ਉਦੋਂ ਤੁਹਾਨੂੰ ਨਾ ਸਾਰੀਆਂ ਸਟੈਪ ਬਾਈ ਸਟੈਪ ਚੀਜ਼ਾਂ ਦਿਖਾ ਦਿੰਦੇ ਹਾਂ ਕਿ ਜਿਹੜੀਆਂ ਅਸੀਂ ਰਾਤ ਨੂੰ ਲਾਇਆ ਸੀ, ਕਿਉਂਕਿ ਰਾਤ ਨੂੰ ਸਾਰੀ ਜਿਹੜੀਆਂ ਚੀਜ਼ਾਂ ਲਾਇਆ ਸੀ ਦਿਖਾ ਨਹੀਂ ਪਾਇਆ ਸੀ ਤੁਹਾਨੂੰ। ਪਹਿਲੀ ਇਹ ਚੋਕਲੇਟ ਲੈਣ ਦੇ ਵਿਕ ਵੀ ਗਈਆਂ ਨੇ, ਹਾਂ ਇਹ ਜੈਲੀ ਜੀ ਹੈਗੀ, ਸੁਲਤਾਨ ਦਾਲ, ਲੋਲੀਪੋਪ, ਇਹਨੂੰ ਬਰਫੀ ਕਹਿ ਲਓ, ਪਤੀਸੇ ਦੀ ਤਰ੍ਹਾਂ ਪਤੀਸਾ ਬਰਫੀ ਟਾਈਪ ਨੇ, ਹਲਦੀ ਹੈਗੀ ਇਹ ਵੀ ਲੈ, ਦੂਸਰੀ ਸਾਦੀ ਲੈ ਆਇਆ ਸੀ, ਖਾਸ ਪਸੰਦ ਬੱਬਲਾਂ ਜਿਹੀਆਂ ਨੇ ਪਾਣੀ ਚ ਪਾਵਣ ਨਾਲ ਵੱਡੀਆਂ ਹੋ ਜਾਂਦੀਆਂ। ਹਾਂ ਦੇਖੋ ਗੁਬਾਰੇ ਨੇ ਉਹ ਦੇਖੋ ਨਾ, ਉਹਨਾਂ ਦੀ ਬਰਥਡੇ ਤੇ ਇਸ ਤਰ੍ਹਾਂ ਦਾਦਾ ਜਾਨ ਲੈ ਲੈਂਦੇ, ਇਹ ਤਕਰੀਬਨ 120-130 ਰੁਪਏ ਦਾ ਮਿਲਦਾ। ਇਹਨੂੰ ਵੀ ਉੱਤੋਂ ਕੱਟ ਲਿਆ ਹੈਗਾ, ਆਸਾਨੀ ਨਾਲ ਹੁਣ ਸਾਰੀਆਂ ਚੀਜ਼ਾਂ ਜਿਹੜੇ ਤੁਹਾਨੂੰ ਦਿਖਾ ਸਕਦੇ। ਮਾਸ਼ਾਅੱਲਾ ਡੱਬਾ ਬੜਾ ਭਰਿਆ, ਪਤੀਸਾ ਹੈਗਾ, ਪਤੀਸਾ ਹੈਗਾ 10 ਰੁਪਏ ਦਾ, ਇੱਕ ਹੈਗਾ ਟਰੇ ਜਿਹਾ, ਇਹ 10 ਰੁਪਏ ਦੇ ਅੰਦਰ 'ਚ ਇੱਕ ਮਿਲਣਾ ਹੈ ਟਰੇ ਪੂਰਾ ਨਹੀਂ। ਹਾਂ 5 ਰੁਪਏ ਆ ਲੋਲੀ ਹਾਂ, ਇਹ 2 ਰੁਪਏ ਵਾਲੀ ਮੱਛੀ ਹੈ ਜੀ, ਇਹ ਤਕਰੀਬਨ 180 ਰੁਪਏ ਦਾ ਬੂਝਣ ਪੈਕਟ ਹੈ, 200 ਰੁਪਏ ਦੀ ਸੇਲ ਹੈ। ਹਾਂ ਅੱਛੀਆਂ ਹੁੰਦੀਆਂ ਆਏ ਮੱਛੀਆਂ, ਬੋਤਲਾਂ ਜੀ ਬਣੀਆਂ ਹੁੰਦੀਆਂ ਨੇ, 5 ਰੁਪਏ ਦੀ ਅੰਮੀ ਜਾਣੇ ਇੱਕ ਹੈ। ਇਹ ਵੀ ਚੂਰਨ ਹੈਗਾ ਅਨਾਰਦਾਨਾ, ਇਹ ਵੀ 5 ਰੁਪਏ ਦਾ। ਮਾਚਸਾਂ ਤਾਂ ਲਾਜ਼ਮੀ ਸੀ ਨਾ, ਹਰ ਘਰ ਦੀ ਜ਼ਰੂਰਤ ਹੈ। ਅਸਲ ਤੇ ਕੁਛ ਜਿਹੜੇ ਨਾ ਸਾਡੇ ਪਿੰਡਾਂ ਥਾਵਾਂ ਤੇ, ਹਾਲਾਂਕਿ ਇਹ ਲੋਕਲ ਜੀਆਂ ਹੁੰਦੀਆਂ ਨੇ ਬੂਝਾਂ, ਤੇ ਉਹਨਾਂ ਨੇ ਕਹਿਣਾ ਹੈਗਾ ਇਹ ਤੁਸੀਂ ਗੰਦੀਆਂ ਲੈ ਆਇਓ, ਉਹਨਾਂ ਨੇ ਇਹ ਕਹਿ ਦੇਣਾ ਗੰਦੀਆਂ ਲੈ ਆਇਓ, ਹਾਲਾਂਕਿ 1 ਨੰਬਰ ਇਹ ਵਾਲੀਆਂ ਨੇਗੀਆਂ। ਚਲੋ ਪੈਕਿੰਗ ਵਿੱਚ ਪੈਕਿੰਗ ਇਹਨਾਂ ਦੀ ਅੱਛੀ ਹੈਗੀ, ਉਦੋਂ ਹਟ ਕੇ ਉਸ ਤੋਂ 1 ਨੰਬਰ ਵੀ ਨਹੀਂ। ਬੂਮ ਬੂਮ ਬਬਲ ਸਾਰਾ ਭਰਿਆ ਹੋਇਆ, ਮਿਲਕ 10 ਰੁਪਏ ਟਾਈਗਰ ਬਿਸਕਟ ਆ ਗਏ, 30 ਰੁਪਏ ਵਾਲਾ ਨਹੀਂ ਹੈਗਾ, 5 ਰੁਪਏ ਵਾਲਾ, 10 ਵਾਲਾ 5 ਹਾਂ 30 ਪੀਸ। ਅੱਬੂ ਜਾਨ ਤੁਹਾਨੂੰ ਕੁਛ ਯਾਦ ਹੈ? ਮੈਨੂੰ ਲੱਗਦਾ ਤੁਹਾਡੇ ਵਕਤ ਤੋਂ ਯਾਦ ਆਈਆਂ ਨੇ, ਜਦੋਂ ਅਸੀਂ ਬਚਪਨ ਸੀ ਨਾ, ਬੱਲੇ ਬੱਲੇ ਦੱਸਦੇ 5 ਰੁਪਏ ਵਾਲੀ ਨੀ ਅੰਬੀਆਂ ਨੇ, ਇਹ 5 ਰੁਪਏ ਦੀ 2 ਆਉਂਦੀਆਂ ਨੇ, ਸਪੈਸ਼ਲ ਬਿਸਕਟ 10 ਰੁਪਏ, ਰੋਲ ਕੇਕ ਹੈ ਆਲਾ, ਦੂਸਰੇ ਫਰੂਟ ਕੇਕ 5 ਰੁਪਏ ਵਾਲਾ ਕੇਕ, ਹਾਂ ਫਰੂਟ ਕੇਕ ਨਹੀਂ ਹੈ, ਸੁਪਰ ਨਹੀਂ ਅੰਮੀ ਜਾਨ, ਕੋਈ ਨਵੀਂ ਕੰਪਨੀ ਹੈਗੀ ਸਲਮਾਨ ਹੈ,
ਪਤਾ ਨਹੀਂ ਉਮੀ ਜਾਨ ਨਵੀਆਂ ਜੀਆਂ ਨੇ ਨਾ ਹੀ ਉਹਨਾਂ ਨੇ ਅਜੀਬ ਜਿਹਾ ਲਿਖਿਆ ਹੋਇਆ ਉੱਤੇ ਤਾਂ ਬਾਕੀ ਆ ਸਾਰੀ ਟਾਟੀ ਦੇ ਫਾਈਲਟਾ ਨੇ ਹਾਂ ਆਪਣੀ ਆਪਣੀ ਨਾ ਵੱਖਰੇ ਵੱਖਰੇ ਨੇ बच्चे ने पता की कहना है आ माल्टे वाली टॉफी देनी है आ माल्टे वाली हैगी ऐ चॉकलेट वाली टॉफी है एथे और भी नेगे विच बढ़िया अंब वाली कह दे गां वाली कह दे अंब वाली इनु कवन के अंब वाली इनु कवन के गां वाली देनी टॉफी ओ एंदे तो फुल बने ते कवन के फुल वाली टॉफी देनी बाकी देखो माशाल्लाह काफी समान दी डेरी लगी हुई रस लाया सी 4 पैकेट सुबह को सेल भी होए नेगे घर दे विच जेड़ना एथे रस कड्डे नेगे दस रुपए निमको है दस आली है बंटिया ने चना पकौड़ा कह रहे थे मैं कल के इस तू बाद चना पकौड़ा नहीं आनी अज आखिरी बारी मेरे भी ला के देख लो अज तो बाद कि तो दुकान ते ना आवे सेवियां जी इन्हें भी जरूरत है ना के इतों लेंदे रहते हैं हाँ लाइन सिर्फ 50 रुपए वाला ए बाकी समान साडा पुराना पिया है नवा नहीं लै पहले वाला पिया है हाँ सारा समान इधर पिया हुआ पापड़ वगैरह जेने काफ़ी ने माशाला ਤੇ ਇਹ ਵੀ ਜਿਹੜਾ ਖੋਲ ਕੇ ਦੰਦ ਖਾਂਦੇ ਆ ਫਿਸ਼ੀ ਪਾਪੜ ABC ਪਾਪੜ ਤੇ ਉਸ ਤੋਂ ਬਾਅਦ ਹੈ ਕੋਈ ਨਹੀਂਗੇ ਫੁੱਲੀਆਂ ਜੀਆਂ ਬਣੀਆਂ ਹੁੰਦੀਆਂ ਪਾਪੜ ਇਹ ਵੀ 10 ਰੁਪਏ ਵਾਲਾ ਹੈਗਾ ਪਾਪੜ ਹੈ ਕਰਾਰੇ ਕਰਾਰੇ ਮੈਂ ਲੈ ਆ ਜਿਹੜੇ ਮੈਨੂੰ ਪਸੰਦ ਆਏ ਨੇ ਨਾ ਕਿ ਕਰਾਰੇ ਹੋਣਗੇ ਉਹ ਹੀ ਲੈ ਆ ਗਿਆ ਆ ਵੀ ਬੜੇ ਜ਼ਬਰਦਸਤ ਨੇ ਹਾਂ ਇਹ ਲੱਜ਼ਦਾਲ ਬੀਬੀ ਦਾਲ ਦੀ ਕਾਪੀ ਤੇ ਇਹ ਵੀ ਵੇਖੋ ਕਰਾਰੇ ਕਰਾਰੇ ਪਾਪੜ ਮੈਂ ਦੋ ਦੋ ਜਿਹੜੇ ਨਾ ਕਰ ਲੈਣ ਬੰਡਲ ਇਨਸ਼ਾਅੱਲਾ ਤਾਲਾ ਸੁਣ ਹਾਂ ਇਹ ਬੀਬੀ ਦਾਲ टाइम्स पापड़ आ गए करारे बहुत ज्यादा ने ता इतने पहले थे टाइम पापड़ बाकी ए बर्गर अम्मी जान ये कोई करारा होंगे है पापड़ मिर्चा लग जा मैं याद मैं छोटा ही होंगे खादा होंगे मैं कल हाले तक आप दो चीजा नहीं दिखाई एक तो अंडे नहीं दिखाए अंडे भी आप लेके आए हाँ अंडे ओ घर पे ने ए बोतल पईया दूसरी चीज ए जे नहीं दिखाई है बाकी हाली तक थलो इन्हें साफ सफाई करनी है ते शेल्फ जेड़े ने उन्होंने थोड़ा छंड फूक के साफ करने आ गए ते इन जिना समान जोड़ना शुरू करने आ उस बाद इंशाल्लाह अम्मी जान अंडे चक लो ओ फिर इत्थे जोड़ के रख देवांगे बाकी अम्मी जान कह रही ने पहले जे पापड़ वगैरह ने ना इत्थे टंग लईए क्योंकि बच्चों स्कूल का टाइम हैगा ते बच्चों ने अगर देखा ना इत्थे डिस्प्ले ते चीज़ा लगी हुई तो फिर चीज़ा लवन आवनगे ते बाकी यह होया कि फिर सैटिंग वगैरह वो बाद जे ना आहिस्ता आहिस्ता करते रहेंगे बाकी माशाल्लाह असीं हाले तक ना सैटिंग ही करन लगे हां दुकान दी जिहड़ियां टंगण वाली चीज़ां सी ना इत्थे हाले तक अद्धियां लाईयां ना अद्धियां हाले तक नहीं लाईयां ने जां पई होईयां दालां वगैरह कोई डिस्प्ले जां बाहर लाने आंगे इस जगह ते ते बाकी अबू जान जिहड़े ने हसनैन होरां नूं स्कूल छड्डन जावन लगे नेगे अज अबू जान जांदे ने क्योंकि मैं फिर इधर मसरूफ आना अम्मी जाने दालां इधर ना लाओ बाहर लाने आ ये भी बाहर लाने इस जी सुल्तान दाल है ये भी बाहर लाने प्यारियां लगन गए बच्चों को पता चलेगा चीज़ आई भी इन्हों को इतने होर कोई चीज़ जिम्मे क्या है ना दूसरा शैंपू वगैरह से इस तरह की कोई चीज़ अगर पई तो टंग दे हाँ बाहर मैं विंडो जी के नाल ने इस जगह से तार बनना आ गया तो इतने लटका दें आ गए ਅਤੇ ਆਹ ਸਨਮਾਈ ਜਿਹੜਾ ਨਾ ਇੱਥੇ ਬਾਹਰ ਸਾਰੀਆਂ ਚੀਜ਼ਾਂ ਜਿਹੜਾ ਨਾ ਲਾਣੀਆਂ ਸ਼ੁਰੂ ਕਰ ਦਿੱਤੀਆਂ ਸੋ ਚੂਰਨ ਸਲਮਾਨ ਸਕੂਲ ਟਾਈਮ ਸੁਲਤਾਨ ਦਾਲ ਸਾਰੀਆਂ ਚੀਜ਼ਾਂ ਇੱਥੇ ਬਾਹਰ ਲਾਵਾਂਗੇ ਬੱਚੇ ਜਿਹਨਾਂ ਨੂੰ ਜ਼ਿਆਦਾ ਪਸੰਦ ਜਿੰਨੀਆਂ ਚੀਜ਼ਾਂ ਕਰਦੇ ਨੇ ਨਾ ਵੇਖ ਕੇ ਆਵਣਗੇ ਕਿਉਂਕਿ ਇੰਨੀ ਦੇਰ ਤਾਂ ਦੁਕਾਨ ਸਾਡੀ ਬੰਦ ਪਈ ਹੈ ਬੱਲੇ ਬੱਲੇ ਨਿਮਕੋ ਵੀ ਇੱਥੇ ਲਾਵਾਂਗੇ फाइनली जी सारी दुकान की अच्छी तरह ना सैटिंग हो गई है वह भी दंद खाना है उधर माशाल्लाह अम्मी जान जी झाड़ू मार के ना सारी जी जगह साफ सफाई कर रही है
ਤੇ ਦੁਕਾਨ ਵੀ ਜਿਹੜੀ ਬਿਲਕੁਲ ਸਾਫ਼ ਹੋ ਗਈ ਹੈਗੀ ਬਾਹਰ ਜਿਹੜੀ ਇਸ ਚੀਜ਼ ਨੂੰ ਨਾ ਸੈਟਿੰਗ ਕਰਤੀ ਹੈਗੀ ਜੇ ਬੱਚੇ ਦੇਖ ਕੇ ਨਾ ਤੇ ਲਵਣ ਆਵਣਗੇ ਤੇ ਬਾਕੀ ਅੰਦਰ ਜਿਹੜੀ ਨਾ ਦੇਖੋ ਮਾਸ਼ਾ ਅੱਲਾਹ ਤੇ ਥੱਲੇ ਸਾਰੀਆਂ ਚੀਜ਼ਾਂ ਜਿਹੜੀ ਨਾ ਪੂਰੀਆਂ ਕਰਕੇ ਰੱਖੀਆਂ ਨੇਗੀਆਂ ਬਾਕੀ ਇਹ ਟਾਫੀਆਂ ਉੱਥੋਂ ਲਈਆਂ ਸੀ ਮੈਨੂੰ ਲੱਗਦਾ ਅੱਗੇ ਵੀ ਦਾਨਾ ਦਿਖਾ ਨਹੀਂ ਪਾਇਆ ਹੈਗਾ ਇਹਦੇ ਮੈਂ 2 ਰੁਪਏ ਵਾਲੀ ਟਾਫੀ ਤੇ ਬੜੀ ਮਜ਼ੇਦਾਰ ਟਾਫੀ ਹੈਗੀ ਇੱਕ ਨੰਬਰ 180 ਰੁਪਏ ਦਾ ਪੈਕਟ ਆਇਆ ਕਹਿੰਦੇ 100 ਟਾਫੀਆਂ ਨੇਗੀਆਂ 200 ਰੁਪਏ ਦਾ ਸਾਡਾ ਸੇਲ ਹੋ ਜਾਣਾ ਹੈਗਾ ਇਹ ਬਾਕੀ ਮਿੱਟੀ ਵਗੈਰਾ ਜਿਹੜੀ ਆ ਲੈ ਕੇ ਆਏ ਆਂਗੇ ਆਉਂਦੀ ਹੈਗੀ ਬੱਚਿਆਂ ਦੇ ਖੇਲਣ ਵਾਲੀ ਤੇ ਦੁਕਾਨ ਜਿਹੜੀ ਨਾ ਮਾਸ਼ਾਅੱਲਾ ਬਹੁਤ ਜ਼ਿਆਦਾ ਪਿਆਰੀ ਲੱਗ ਰਹੀ ਦੇਖ ਕੇ ਦਿਲ ਵੀ ਖੁਸ਼ ਹੋ ਰਿਹਾ ਹੈਗਾ ਕਿ ਮਾਸ਼ਾਅੱਲਾ ਸਮਾਨ ਨਾ ਭਰੀ ਵੀ ਹੈਗੀ ਕਿੰਨੀ ਜ਼ਿਆਦਾ ਪਿਆਰੀ ਲੱਗ ਰਹੀ ਹੈਗੀ ਫਿਰ ਵੀ ਖਾਲਾ ਜਾਨ ਦਾ ਨਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਨਾ ਚਾਹੂੰਗਾ ਕਿ ਉਹਨਾਂ ਨੇ ਸਾਡੀ ਨਾ ਫੈਮਿਲੀ ਵਾਸਤੇ ਇੰਨਾ ਸੋਚਿਆ ਯਕੀਨ ਕਰ ਜੋ ਜਿਹੜੇ ਆ ਗੁਜ਼ਸ਼ਤਾ ਦਿਨ ਗੁਜ਼ਰੇ ਨੇ ਨਾ ਇਹਨਾਂ ਸਾਡੇ ਕੋਲ ਹਾਲਾਤ ਇਤਨੇ ਹੋ ਗਏ ਸੀਗੇ ਕਿ ਅਸੀਂ ਸੋਚਿਆ ਹੀ ਨਹੀਂ ਆ ਗਿਆ ਕਿ ਅਸੀਂ ਆਪਣੀ ਦੁਕਾਨ ਵਾਸਤੇ ਕੁਛ ਇੰਨਾ ਕਰ ਪਾਵਾਂਗੇ ਉਹਨਾਂ ਦੀ ਵਜ੍ਹਾ ਤੋਂ ਬਸ ਹੋ ਪਾਏਗਾ ਬਾਕੀ ਮਾਸ਼ਾਅੱਲਾ ਬੋਤਲਾਂ ਵਗੈਰਾ ਜਿਹੜੀਆਂ ਨਾ ਥੱਲੇ ਜੋੜਤੀਆਂ ਨੇਗੀਆਂ ਸਾਰੀਆਂ ਚੀਜ਼ਾਂ ਜੇ ਤਰਤੀਬ ਨਾਲ ਜੋੜ ਕੇ ਰੱਖੀਆਂ ਨੇਗੀਆਂ ਪਿਆਰੀਆਂ ਵੀ ਲੱਗ ਰਹੀਆਂ ਨੇਗੀਆਂ ਸੱਚ ਅੰਡੇ ਤਾਂ ਤੁਹਾਨੂੰ ਮੈਂ ਦਿਖਾਏ ਨਹੀਂ ਨੇਗੇ ਅੰਡੇ ਜਿਹੜੇ ਨੇ ਅੱਗੇ ਫਰਿੱਜ ਰੱਖੇ ਹੋਣ ਕਿਉਂਕਿ ਹੁਣ ਗਰਮੀਆਂ ਨੇ ਨਾ ਅਤੇ ਗਰਮੀ ਦੀ ਵਜ੍ਹਾ ਤੋਂ ਖਰਾਬ ਹੀ ਨਾ ਹੋ ਜਾਵਣ ਇਹਦੇ ਤੋਂ ਬੋਤਲਾਂ ਵਗੈਰਾ ਜੇ ਠੰਡੀਆਂ ਕਰਨ ਵਾਸਤੇ ਰੱਖੀ ਹੋਈਆਂ ਨੇ ਥੱਲੇ ਆਉਣੇ ਨੇਗੇ ਆ ਪਏ ਹੋਏ ਨੇਗੇ ਅੰਡਿਆਂ ਦਾ ਵੀ ਇੱਕ ਜਿਹੜਾ ਮੈਂ ਲੈ ਕੇ ਆਇਆ ਸੀਗੇ ਇੱਥੇ ਫਰਿੱਜ ਰੱਖਿਆ ਹੋਇਆ ਕਿ ਖਰਾਬ ਨਾ ਹੋ ਜਾਵਣ ਕਿਉਂਕਿ ਗਰਮੀ ਹੈ ਨਾ ਗਰਮੀ ਫਿਰ ਖਰਾਬ ਹੋ ਜਾਂਦੀ ਅਗਰ ਕਿਸੇ ਲੈਣਾ ਅੰਡਾ ਤਾਂ ਇੱਥੋਂ ਜਿਹੜਾ ਚੱਕ ਕੇ ਦੇ ਦਿੱਤਾ ਕਰਾਂਗੇ ਓਕੇ ਹੋ ਗਿਆ ਬਾਕੀ ਮਾਸ਼ਾਅੱਲਾ ਘਰ ਜਿਹੜੇ ਨੇ ਲੋਕੇਸ਼ਨ ਇਹਦੀ ਬਹੁਤ ਪਿਆਰੀ ਬਣ ਗਈ ਹੈਗੀ ਇਹ ਸਿਰਫ ਪਰਦਾ ਇੱਕ ਲੱਗਣ ਨਾ ਅੱਗੇ ਰੋਸ਼ਨੀ ਅੰਦਰ ਜਾਂਦੀ ਸੀ ਕਿਵੇਂ ਨਾ ਜਿਹਾ ਘਰ ਸਾਰਾ ਲੱਗਦਾ ਸੀਗਾ ਅੱਗੇ ਪਰਦਾ ਲੱਗ ਗਿਆ ਹੈਗਾ ਹੁਣ ਉਦੋਂ ਗਰਮੀਆਂ ਦੇ ਵਿੱਚ ਜਿਹੜਾ ਧੁੱਪ ਵਗੈਰਾ ਵੀ ਅੰਦਰ ਨਹੀਂ ਲੱਗੀ ਕਰੇਗੀ ਇਤਨੀ ਜ਼ਿਆਦਾ ਅੰਦਰ ਬਰਾਂਡੇ ਦੇ ਨਾਲ ਗਰਮੀ ਨਹੀਂ ਹੋਈ ਕਰੇਗੀ ਅੰਦਰ ਪੱਖਾ ਚੱਲਿਆ ਹੋਇਆ ਵੀ ਹਾਲਾਂਕਿ ਗਰਮੀਆਂ ਦੇ ਵਿੱਚ ਨਾ ਪੱਖਾ ਅਗਰ ਚੱਲਦਾ ਵੀ ਹੋਵੇ ਨਾ ਤੱਤੀ ਹਵਾ ਲੱਗਦੀ ਪੱਖੇ ਦੀ ਕਿਉਂਕਿ ਧੁੱਪ ਲੱਗੀ ਹੋਵੇ ਤਾਂ ਤੱਤੀ ਲੱਗਣੀ ਹੈ ਨਾ ਜੇ ਅਗਰ ਅੱਗੋਂ ਪਰਦੇ ਲੱਗੇ ਹੋਏ ਲੋ ਵਗੈਰਾ ਵੀ ਅੰਦਰ ਨਹੀਂ ਜਾਵੇਗੀ ਗਰਮ ਹਵਾ ਆਉਂਦੀ ਹੈਗੀ ਅਤੇ ਫਿਰ ਨਾ ਪੱਖੇ ਹਵਾ ਜੀ ਠੰਡੀ ਲੱਗੀ ਕਰੇਗੀ ਗਾਰ 'ਚ ਨਾ ਲੱਕੜਾਂ ਖਤਮ ਹੋ ਗਈਆਂ ਹੋਈਆਂ ਨੇਗੀਆਂ ਅਤੇ ਇੱਕ ਹੀ ਲੱਕੜ ਬਸ ਗਾਰੇ ਪਈ ਸੀਗੀ ਲੇਕਿਨ ਇਹਨੇ ਨਾ ਕਟਾਈ ਕਰਨੀ ਪੈਣੀ ਹੈਗੀ ਇਹਨੂੰ ਵਿੱਚ ਨਾ ਕੁਆੜੀ ਨਾਲ ਵੱਢ ਲੈਂਦੇ ਹਾਂਗੇ ਅਤੇ ਇਹ ਜਿਹੜੀ ਨਾ ਹੁਣ ਚਲੋ ਬਾਲਣ ਦੇ ਕੰਮ ਆਇਆ ਵੀ ਸੈਕਿੰਡ ਟਾਈਮ ਫਿਰ ਜਾ ਕੇ ਹੋਰ ਲੱਕੜਾਂ ਲੈ ਆਉਣ ਕਿਉਂਕਿ ਮੇਰਾ ਇੰਨੀ ਦਿਲ ਕਰ ਰਿਹਾ ਸ਼ਹਿਰ ਜਾਵਣ ਨੂੰ ਰਾਤ ਲਾ ਦੀ ਗਾਰ 'ਚੋਂ ਲੱਕੜਾਂ ਜਿਹੀਆਂ ਖਤਮ ਹੋ ਗਈਆਂ ਹੋਈਆਂ ਨੇਗੀਆਂ ਅਤੇ ਬਸ ਇੱਕ ਹੀ ਨਾ ਲੱਕੜ ਪਈ ਸੀਗੀ ਮੋਟੀ ਇਹ ਵਾਲੀ ਬੇਰੀ ਦੀ ਅਤੇ ਇਹਦੇ ਨਾਲ ਵਿੱਚੋਂ ਕੱਟ ਕੇ ਅਤੇ ਪੀਸ ਬਣਾ ਲੈਂਦੇ ਹਾਂਗੇ ਚਾਰ ਉਹ ਜਿਹੜੇ ਨਾਲ ਜਲਾ ਕੇ ਚਲੋ ਹੁਣ ਤਾਂ ਸਰ ਜਾਵੇਗਾ ਤਾਂ ਫਿਰ ਇਨਸ਼ਾਅੱਲਾ ਤਾਲਾ ਸੈਕਿੰਡ ਟਾਈਮ ਜਿਹੜੇ ਨਾਲ ਲੱਕੜਾਂ ਲੈ ਆਵਾਂਗੇ ਮੇਰਾ ਹੁਣ ਦਿਲ ਨਹੀਂ ਕਰ ਰਿਹਾ ਹੈਗਾ ਸ਼ਹਿਰ ਜਾਵਾਂ ਨੂੰ ਥੱਕਿਆ ਬਹੁਤ ਜ਼ਿਆਦਾ ਖੜਾ ਆ ਗਿਆ ਠੀਕ ਹੈ ਲੱਗ ਜਾਈਏ ਅਤੇ ਜਿਹੜੇ ਨਾਲ ਉੱਚੀਏ ਬਾਕੀ ਲੱਕੜੀ ਜਿਹੜੀ ਨੇ ਸਾਰੀਆਂ ਚੀਰਤੀਆਂ ਨੇਗੀਆਂ ਹੁਣ ਆਸਾਨੀ ਨਾਲ ਬਲ ਜਾਣਗੀ ਸੁੱਕੀ ਪੀ ਜਾਏਗੀ ਵਾਲੀ ਲੱਕੜ ਬੜੇ ਦਿਨ ਉਹਨੇ ਕੱਟ ਕੇ ਰੱਖੀ ਹੋਈ ਹੈ ਚਲੋ ਮੈਂ ਤਾਂ ਕਹਿੰਦਾ ਸ਼ਾਮ ਦਾ ਹੀ ਇਹਦੇ ਨਾਲ ਸਰ ਜਾਵੇ ਕਿਉਂਕਿ ਕਾਫੀ ਨਹੀਂ ਹੈ ਮੋਟੀਆਂ ਮੋਟੀਆਂ ਹਾਂ ਮਾਸ਼ਾਅੱਲਾ ਬਹੁਤ ਪਿਆਰੀ ਲੱਗ ਰਹੀ ਹੈ ਅੱਛਾ ਜਿਹੜੇ ਦੁਪਹਿਰ ਟਾਈਮ ਦਾ ਖਾਣਾ ਬਣਾਉਣ ਲੱਗੀ ਹੈਗੀ ਅਤੇ ਇਨਸ਼ਾਅੱਲਾ ਤਾਲਾ ਅਗਲੇ ਵਿਲਾਗ ਤੁਹਾਡੇ ਨਾਲ ਸ਼ੇਅਰ ਕਰਾਂਗੇ ਵਾਲਾ ਜਿਹਾ ਵਿਲਾਗ ਕਾਫੀ ਲੰਬਾ ਚੌੜਾ ਹੋ ਗਿਆ ਖਤਮ ਕਰਨਾ ਤੁਹਾਨੂੰ ਅੱਛਾ ਲੱਗੇ ਲਾਜ਼ਮੀ ਆਪਣੇ ਚੈਨਲ ਸਬਸਕ੍ਰਾਈਬ ਕਰ ਲੈਣਾ ਵੀਡੀਓ ਲਾਈਕ ਕਰ ਲੈਣਾ ਕਿ ਦੋਸਤਾਂ ਰਿਸ਼ਤੇਦਾਰਾਂ ਸ਼ੇਅਰ ਵੀ ਕਰ ਲੈਣਾ ਓਕੇ ਥੈਂਕਸ ਫੋਰ ਵਾਚਿੰਗ ਅੱਲਾ ਹਾਫਿਜ਼